ਆਪਾਂ ਪਹੁੰਚ ਗਏ ਆ ਜੀ ਨਵੀਂ ਦਿੱਲੀ ਸਟੇਸ਼ਨ ਤੋਂ ਤੁਰ ਪਏ ਆ ਤੇ 150 ਰੁਪਇਆ ਭਾੜਾ ਕੀਤਾ ਤੇ ਹੁਣ ਚੱਲੇ ਆ ਰਕਾਬਗੰਜ ਸਾਹਿਬ ਗੁਰਦੁਆਰੇ ਉੱਥੇ ਜਾ ਕੇ ਆਪਾਂ ਵੇਖਦੇ ਹਾਂ ਕੀ ਮਾਹੌਲ ਚਾਲ ਆ ਮਤਲਬ ਵੀ ਕਮਰਾ ਲੈਂਦੇ ਹਾਂ ਉਹਨਾਂ ਕੋਲ ਗੁਰਦੁਆਰਾ ਵਾਲਿਆਂ ਕੋਲ ਤੇ ਥੋੜ੍ਹੇ ਜਿਹੇ ਫਰੈਸ਼ ਹੋ ਗਏ ਅਤੇ ਫਿਰ ਅੱਗੇ ਤੁਹਾਨੂੰ ਦੱਸਦੇ ਹਾਂ ਕੀ ਮਾਹੌਲ ਚਾਲ ਆ ਹੁਣ ਇਸ ਟਾਈਮ ਬਹੁਤ ਥੱਕੇ ਪਏ ਆਪਾਂ ਤੇ ਦਿੱਲੀ ਅੱਖਾਂ ਭੀੜ ਮੈਂ ਗੋਲੀ ਤਾਂ ਖਾਧੀ ਗਰਮੀ ਹੋ ਗਈ ਆ ਹੈ ਇੱਥੇ ਜ਼ਿਆਦਾ ਗਰਮੀ ਨਹੀਂ ਆਪਣੇ ਵੀ ਆ ਅਸੀਂ ਘਰੋਂ ਨਹੀਂ ਨਿਕਲਦੇ ਤਾਂ ਨਹੀਂ ਪਤਾ ਲੱਗਦਾ ਚਲੋ ਜੀ ਬਾਕੀ ਦਾ ਆਪਾਂ ਜਾ ਕੇ ਅੱਗੇ ਭਾਈ ਹੋਰਾਂ ਨੂੰ ਮਿਲਦੇ ਹਾਂ ਅਤੇ ਫਿਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਉਹ ਵੀ ਤੁਹਾਨੂੰ ਖਾਵਾਂਗੇ ਸਾਰਾ ਕੁਝ ਨਾਲ ਬਣੇ ਦਿਓ ਸਾਰੀ ਦਿੱਲੀ ਤੁਹਾਨੂੰ ਘੁੰਮਾ ਦੇਣੀ ਆਪਾਂ ਠੀਕ ਆ ਨਾ ਚਾਚਾ ਕਿੱਧਰੋਂ ਬਣਾਈ ਚਲੋ ਠੀਕ ਆ ਜੀ ਫੋਨ ਨਾ ਲੈ ਕੋਈ ਖੋ ਕੇ ਬੰਦ ਕਰੀਏ